ਤਿੰਨ ਚਾਰ ਦਿਨਾਂ 'ਚ ਦੇਖਿਆ ਇਨਕਾਊਂਟਰ ਬਹੁਤ ਸਾਰੇ ਵੱਧ ਗਏ, ਗੈਂਗਸਟਰ ਜਿਹੜੇ ਨੇ ਜੇ ਉਹ ਪੁਲਿਸ 'ਤੇ ਗੋਲੀ ਚਲਾਉਣਗੇ ਤਾਂ ਆਪਣੇ ਸੈਲਫ ਡਿਫੈਂਸ 'ਚ ਪੁਲਿਸ ਵੀ ਗੋਲੀ ਚਲਾਊਗੀ। ਇਹ ਗੈਂਗਸਟਰਾਂ ਨੂੰ ਚੈਲੇਂਜ ਤੁਸੀਂ ਕਰ ਰਹੇ ਹੋ? ਸਿੱਧਾ ਕਹਿੰਦੇ ਹਾਂ ਜੀ, ਅਸੀਂ ਇਹੋ ਜਿਹੀ ਵਾਰਦਾਤ ਕੀਤੀ ਇੱਕ ਚੌਂਕ 'ਤੇ, ਦੂਜੇ ਚੌਂਕ 'ਤੇ ਤੁਸੀਂ ਪਹੁੰਚੋਗੇ ਜਾਂ ਨਹੀਂ ਪਹੁੰਚੋਗੇ ਇਹ ਗਰੰਟੀ ਪਰਮਾਤਮਾ ਦੇ ਹੱਥ ਹੈ। ਫਿਰ ਆਮ ਲੋਕਾਂ ਦਾ ਜਿਹੜਾ ਜੋਣਾਂ ਤੋਂ ਉੱਪਰ ਕਰਨਗੇ ਤਾਂ ਸਜ਼ਾ ਉਹਨਾਂ ਨੂੰ ਵੀ ਮਿਲੂਗੀ। ਇੱਕ ਕਿਸੇ ਨੂੰ ਵੀ ਫੋਨ ਕਰ ਲਓ, ਕਿਸੇ 'ਤੇ ਵੀ ਤੁਸੀਂ ਗੋਲੀ ਚਲਾ ਦਿਓ, ਕਿਸੇ 'ਤੇ ਵੀ ਤੁਸੀਂ ਮੋਬਾਈਲ ਖੋਹ ਕੇ ਲੈ ਜਾਓ, ਅੱਗਿਓਂ ਉਹ ਕੁਝ ਹੋਰ ਚੈਲੇਂਜ ਕਰਨਗੇ ਉਹਦਾ ਜਵਾਬ ਦੇਣਾ। ਹਾਂ ਸਰ, ਹੁਸ਼ਿਆਰਪੁਰ ਪਹੁੰਚੇ ਇਸ ਤੋਂ ਪਹਿਲਾਂ ਦੋ ਥਾਵਾਂ 'ਤੇ ਹੋਰ ਗਏ ਸੀਗੇ, ਇਹ ਅੱਜ ਇੱਥੇ ਖਾਮੀਆਂ ਕੀ ਨਜ਼ਰ ਆਈਆਂ ਤੁਹਾਨੂੰ? ਦੇਖੋ, ਤਹਿਸੀਲਾਂ ਦੇ ਵਿੱਚ ਲੋਕ ਆਉਂਦੇ ਆ ਆਪਣੇ ਕੰਮ ਕਰਾਉਣ, ਕਿਸੇ ਦਾ ਕੋਈ ਜਨਮ ਸਰਟੀਫਿਕੇਟ ਹੈ, ਕਿਸੇ ਦੀ ਫਰਦ ਹੈ, ਕਿਸੇ ਦਾ ਕੋਈ ਪਟਵਾਰੀ ਨਾਲ ਸੰਬੰਧ ਕੰਮ ਹੈ, ਸੋ ਕਿਸੇ ਨੇ ਕੋਈ ਮੋਹਰ ਲਵਾਉਣੀ ਹੈ, ਕੋਈ ਕਾਗਜ਼ ਟੈਸਟਡ ਕਰਾਉਣਾ। ਸੋ ਮੈਂ ਇੱਥੇ ਆਇਆ ਤਾਂ ਮੈਂ ਮਿਲਿਆ ਲੋਕਾਂ ਨੂੰ ਅਤੇ ਬਹੁਤ ਸਾਰੇ ਤਾਂ ਇਹ ਕਹਿ ਰਹੇ ਨੇ ਕਿ ਬਹੁਤ ਵਧੀਆ ਸੁਧਾਰ ਹੈ, ਅੱਗੇ ਨਾਲੋਂ ਜ਼ਿਆਦਾ ਵਧੀਆ ਹੋ ਗਿਆ, ਬਹੁਤ ਜ਼ਿਆਦਾ ਵਧੀਆ ਹੋ ਗਿਆ, ਪਰ ਹਜੇ 100% ਨਹੀਂ। ਉਹ ਮੈਂ ਵੀ ਕਹਿਣਾ ਹੋ ਜੂਗਾ ਠੀਕ, ਥੋੜ੍ਹਾ ਟਾਈਮ ਲੱਗੂਗਾ, ਅਤੇ ਨਵੀਂ ਤਹਿਸੀਲ ਬਣ ਰਹੀ ਹੈ, ਪੈਸੇ ਜਾਰੀ ਹੋ ਚੁੱਕੇ ਨੇ, ਵਰਚੁਅਲ ਉਦਘਾਟਨ ਵੀ ਹੋ ਚੁੱਕਿਆ, ਵਧੀਆ ਨਵੇਂ ਕੰਪਿਊਟਰ ਔਰ ਬੈਠਣ ਵਾਸਤੇ ਲੋਕਾਂ ਦੇ ਪ੍ਰੋਪਰ ਜਗ੍ਹਾ, ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ, ਚਾਹ ਦਾ ਪ੍ਰਬੰਧ, ਤਾਂ ਕਿ ਕੋਈ ਜਿਹੜੇ ਵੇਟਿੰਗ ਲਿਸਟ 'ਚ ਬੈਠੇ ਨੇ ਜਾਂ ਕੋਈ ਅਜੇ ਵਾਰੀ ਨਹੀਂ ਆਈ ਉਹਨਾਂ ਦੀ, ਉਹ ਘੱਟੋ ਘੱਟ ਬੈਠਣ ਦਾ, ਕੋਈ ਇਹ ਨਾ ਹੋਵੇ ਕਿ ਉਹ ਇੱਥੇ ਖੱਜਲ ਖੁਆਰ ਹੁੰਦੇ ਰਹਿਣ। ਸੋ 1076 ਨੰਬਰ ਵੀ ਜਾਰੀ ਕਰਤਾ, ਜਿਹੜੀ ਡੋਰ ਟੂ ਡੋਰ ਜਿਹੜੀਆਂ ਸਾਡੀਆਂ ਜਿਹੜੀਆਂ ਸਰਵਿਸਿਜ਼ ਪਹੁੰਚਣਗੀਆਂ ਸੇਵਾਵਾਂ, ਉਹ ਬਹੁਤ ਸਾਰੀਆਂ ਸੇਵਾਵਾਂ ਉੱਥੇ ਜਦੋਂ ਪਹੁੰਚ ਗਈਆਂ 1076 ਨਾਲ ਰਿਲੇਟਡ, ਤਾਂ ਇੱਥੇ ਥੋੜ੍ਹਾ ਰਸ਼ ਘੱਟ ਜੂਗਾ ਤਾਂ ਖੱਜਲ ਖੁਆਰੀਆਂ ਘੱਟ ਜਾਣ। ਕਈ ਥਾਵਾਂ 'ਤੇ ਕਹਿੰਦੇ ਗੇੜੇ ਮਰਵਾਉਂਦੇ ਨੇ ਸਰਕਾਰੀ ਜਿਹੜੇ ਮੁਲਾਜ਼ਮ। ਪੁਰਾਣਾ ਤਰੀਕਾ ਕਿ ਜੇ ਤੁਸੀਂ ਸਿੱਧਾ ਨਹੀਂ ਮੰਗਣਾ ਕੁਛ, ਗੇੜੇ ਮਰਵਾਈ ਜਾਓ, ਗੇੜੇ ਮਰਵਾਈ ਜਾਓ, ਉਹਦੇ ਅਗਲੇ ਬੁੱਧਵਾਰ ਨੂੰ ਆ ਜੀ, ਵੀਰਵਾਰ ਨੂੰ ਆ ਜੀ, ਉਹ ਬੁੱਧਵਾਰ ਵੀਰਵਾਰ ਆਉਂਦੇ ਨਹੀਂ, ਫਿਰ ਇੱਕ ਦਿਨ ਬੰਦਾ ਅੱਕ ਕੇ ਕਹਿੰਦਾ ਯਾਰ ਕੋਈ, ਕਿਉਂਕਿ NRI ਬੈਲਟ ਹੈ, ਕਿਸੇ ਨੇ ਬਾਹਰ ਜਾਣਾ, ਉਹਦੀ ਟਿਕਟ ਜਿਹੜੀ ਆ ਉਹ ਵਾਪਸੀ ਦੀ ਉਹਦੀ ਤਰੀਕ ਨੇੜੇ ਆਈ ਜਾਂਦੀ ਹੈ, ਉਹ ਕਹਿੰਦੇ ਯਾਰ ਦਿਓ ਪੈਸੇ ਇਹਨੂੰ ਫਿਰ ਕੰਮ ਕਰਾਈ। ਸੋ ਮੈਂ ਕਈ ਬੰਦਿਆਂ ਨੂੰ ਪੁੱਛਿਆ ਕਿ ਇੱਦਾਂ ਦਾ ਤਾਂ ਨਹੀਂ, ਮੈਨੂੰ ਇੱਦਾਂ ਦੀ ਕੋਈ ਸ਼ਿਕਾਇਤ ਨਹੀਂ ਮਿਲੀ, ਪਰ ਹਾਂ ਕਿਉਂਕਿ ਪੁਰਾਣੇ ਤੰਤਰ ਨੂੰ ਠੀਕ ਕਰਨ ਲੱਗੇ ਹੋਏ ਹਾਂ ਅਤੇ ਨਵੇਂ ਪੁਰਜੇ ਤਾਂ ਪਾਵਾਂਗੇ ਵਿੱਚ ਜ਼ਰੂਰ ਇੱਜਣ ਦੇ, ਪਰ ਪੁਰਾਣਾ ਤੰਤਰ ਜਿਹੜਾ ਉਹਨੂੰ ਵੀ ਠੀਕ ਕਰਕੇ। ਦੂਸਰਾ, ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਬਹੁਤ ਸਾਰੇ ਸਵਾਲ ਚੁੱਕਦੇ, ਪਿਛਲੇ ਦਿਨਾਂ 'ਚ ਤੁਸੀਂ CP ਨਾਲ ਮੀਟਿੰਗ ਕੀਤੀ, ਪੁਲਿਸ ਕਮਿਸ਼ਨਰ ਨਾਲ ਮੀਟਿੰਗ ਕੀਤੀ, ਤਿੰਨ ਚਾਰ ਦਿਨਾਂ 'ਚ ਦੇਖਿਆ ਇਨਕਾਊਂਟਰ ਬਹੁਤ ਸਾਰੇ ਵੱਧ ਗਏ, ਗੈਂਗਸਟਰ ਜਿਹੜੇ ਨੇ, ਜੇ ਕੱਲ੍ਹ ਇੱਕ ਜ਼ੀਰਕਪੁਰ ਦੇ ਵਿੱਚ ਇਨਕਾਊਂਟਰ ਹੋਇਆ, 6 ਮਰਡਰ ਦੇ ਮਾਮਲੇ ਉਸ ਦੇ ਉੱਤੇ ਦਰਜ ਸੀ, ਰਾਤ ਨੂੰ ਲੁਧਿਆਣੇ ਦੇ ਵਿੱਚ ਹੋ ਗਿਆ, ਉਸ ਤੋਂ ਪਹਿਲਾਂ ਬਠਿੰਡਾ ਹੋ ਗਿਆ। ਦੇਖੋ, ਜੇ ਕੋਈ ਇਸ ਤਰ੍ਹਾਂ ਦੇ ਅਨਸਰ ਜਿਹੜੇ ਤਾਂ ਜਿਹੜੇ ਆਮ ਲੋਕਾਂ ਦਾ ਜਿਹੜਾ ਜੋਣਾਂ ਤੋਂ ਉੱਪਰ ਕਰਨਗੇ ਤਾਂ ਸਜ਼ਾ ਉਹਨਾਂ ਨੂੰ ਵੀ ਮਿਲੂਗੀ, ਜੇ ਉਹ ਪੁਲਿਸ 'ਤੇ ਗੋਲੀ ਚਲਾਉਣਗੇ ਤਾਂ ਆਪਣੇ ਸੈਲਫ ਡਿਫੈਂਸ 'ਚ ਪੁਲਿਸ ਵੀ ਗੋਲੀ ਚਲਾਊਗੀ। ਪਰ ਮੈਂ ਇੰਨਾ ਕਹਿਣਾ ਕਿ ਇਹ ਇੱਕ ਚੌਂਕ 'ਤੇ ਤੁਸੀਂ ਕੋਈ ਲੁੱਟ ਦੀ ਵਾਰਦਾਤ ਜਾਂ ਕੋਈ ਸਨੈਚਿੰਗ ਜਾਂ ਕੋਈ ਇਹੋ ਜਿਹੀ ਵਾਰਦਾਤ ਕੀਤੀ ਇੱਕ ਚੌਂਕ 'ਤੇ, ਦੂਜੇ ਚੌਂਕ 'ਤੇ ਤੁਸੀਂ ਪਹੁੰਚੋਗੇ ਜਾਂ ਨਹੀਂ ਪਹੁੰਚੋਗੇ ਇਹ ਗਰੰਟੀ ਪਰਮਾਤਮਾ ਦੇ ਹੱਥ ਹੈ। ਫਿਰ ਕਿਉਂਕਿ ਗੈਂਗਸਟਰਾਂ ਨੂੰ ਚੈਲੇਂਜ ਤੁਸੀਂ ਕਰ ਰਹੇ ਹੋ, ਸਿੱਧਾ ਕਹਿੰਦੇ ਹਾਂ ਜੀ ਅਸੀਂ ਕਿ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਕਿ ਕਿਸੇ ਨੂੰ ਵੀ ਫੋਨ ਕਰ ਲਓ, ਕਿਸੇ 'ਤੇ ਵੀ ਤੁਸੀਂ ਗੋਲੀ ਚਲਾ ਦਿਓ, ਕਿਸੇ 'ਤੇ ਵੀ ਤੁਸੀਂ ਮੋਬਾਈਲ ਖੋਹ ਕੇ ਲੈ ਜਾਓ, ਤਾਂ ਫਿਰ ਅੱਗਿਓਂ ਜਿਹੜੀ ਕਾਰਵਾਈ ਹੋਊਗੀ ਉਹ ਕਾਨੂੰਨੀ ਕਾਰਵਾਈ ਹੋਊਗੀ, ਫੜਾਂਗੇ, ਕਾਨੂੰਨ ਮੁਤਾਬਕ ਕਾਰਵਾਈ ਹੋਊਗੀ। ਜੇ ਅੱਗਿਓਂ ਉਹ ਕੁਝ ਹੋਰ ਚੈਲੇਂਜ ਕਰਨਗੇ ਉਹਦਾ ਜਵਾਬ ਦੇਵਾਂਗੇ। ਕੈਟਾਗਰੀ ਬਣਾਈ ABC ਗੈਂਗਸਟਰਾਂ ਦੀ, ਕੋਈ ABC ਤਾਂ ਸਿੱਧੇ ਤੌਰ ਤੇ ਗੈਂਗਸਟਰਾਂ ਨੂੰ ਚੈਲੇਂਜ ਮੁੱਖ ਮੰਤਰੀ ਨੇ ਕੀਤਾ ਕਿ ਅਗਰ ਕੋਈ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦਿੰਦਾ, ਕੋਈ ਸਨੈਚਿੰਗ ਕਰਦਾ ਜਾਂ ਕੋਈ ਇਸ ਤਰੀਕੇ ਦੇ ਨਾਲ ਕੋਈ ਵੀ ਕ੍ਰਾਈਮ ਨੂੰ ਜਿਹੜਾ ਵੈ ਉਹ ਅੰਜਾਮ ਦੇਗਾ, ਤਾਂ ਫਿਰ ਉਹ ਖੁਦ ਜ਼ਿੰਮੇਵਾਰ ਹੋਏਗਾ ਅਗਲੇ ਚੌਂਕ ਤੱਕ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ। ਕਿਉਂਕਿ ਪਿਛਲੇ ਦਿਨਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਈ ਸਾਰੇ ਪੁਲਿਸ ਕਮਿਸ਼ਨਰ ਅਤੇ ਜਿਹੜੇ ਨੇ ਉੱਥੋਂ ਦੇ CP ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀਗੀ, ਔਰ ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਪਿਛਲੇ
ਕੁਛ ਦਿਨਾਂ ਤੋਂ ਜ਼ੀਰਕਪੁਰ ਤੋਂ ਲੈ ਕੇ ਬਠਿੰਡਾ, ਬਠਿੰਡਾ ਤੋਂ ਲੈ ਕੇ ਲੁਧਿਆਣਾ ਤੱਕ ਗੈਂਗਸਟਰਾਂ ਦੇ ਉੱਤੇ ਐਕਸ਼ਨ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ। ਗੈਂਗਸਟਰ ਐਨਕਾਊਂਟਰ ਦੇ ਵਿੱਚ ਜਾਂ ਤਾਂ ਜ਼ਖਮੀ ਹੋ ਰਹੇ ਜਾਂ ਮਾਰੇ ਜਾ ਰਹੇ ਨੇ, ਤਾਂ ਸਿੱਧੀ ਇੱਕ ਚੈਲੰਜ ਤੇ ਸਿੱਧਾ ਇੱਕ ਚੁਣੌਤੀ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਗੈਂਗਸਟਰ ਤੇ ਉਹਨਾਂ ਅਪਰਾਧ ਕਰਨ ਵਾਲੇ ਪੰਜਾਬ 'ਚ ਜਿਹੜੇ ਅਪਰਾਧ ਨੂੰ ਅੰਜਾਮ ਦਿੰਦੇ ਨੇ, ਪੰਜਾਬ 'ਚ ਜਿਹੜੇ ਕ੍ਰਾਈਮ ਨੂੰ ਅੰਜਾਮ ਦਿੰਦੇ ਨੇ, ਉਹਨਾਂ ਨੂੰ ਸਿੱਧਾ ਚੈਲੰਜ ਤੇ ਸਿੱਧੀ ਚੁਣੌਤੀ ਦਿੱਤੀ ਹੈ ਕਿ ਅਗਰ ਪੰਜਾਬ 'ਚ ਕ੍ਰਾਈਮ ਕਰੋਗੇ, ਅਗਰ ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਵਾਰਦਾਤ ਨੂੰ ਅੰਜਾਮ ਦਿਓਗੇ ਤਾਂ ਫਿਰ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ, ਅਗਲੇ ਚੌਂਕ ਤੱਕ ਪਹੁੰਚ ਪਾਓਗੇ ਜਾਂ ਨਹੀਂ ਪਹੁੰਚ ਪਾਓਗੇ, ਪੁਲਿਸ ਕਿਸ ਤਰ੍ਹਾਂ ਨਾਲ ਕੀ ਐਕਸ਼ਨ ਲਏਗੀ ਇਹ ਤੁਹਾਡੀ ਜ਼ਿੰਮੇਵਾਰੀ ਖੁਦ ਹੋਏਗੀ। ਤਾਂ ਇੱਕ ਵੱਡਾ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਿਊਜ਼ 18 ਤੇ ਇੱਕ ਵੱਡਾ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਗੈਂਗਸਟਰਾਂ ਤੇ ਉਹਨਾਂ ਕ੍ਰਾਈਮ ਕਰਨ ਵਾਲਿਆਂ ਨੂੰ ਦਿੱਤਾ ਔਰ ਸਿੱਧਾ ਚੈਲੰਜ ਕੀਤਾ ਹੈ ਕਿ ਅਗਰ ਪੰਜਾਬ 'ਚ ਕ੍ਰਾਈਮ ਕਰੋਗੇ ਤਾਂ ਫਿਰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਹੁਸ਼ਿਆਰਪੁਰ।